ਨਹੀਂ ਬਾਜੀ ਬੰਦ ਹੋ ਗਿਆ ਸੀ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਸਾਰੇ ਭੈਣ ਭਰਾਵਾਂ ਨੂੰ ਅੱਲਾਹ ਪਾਕ ਖੁਸ਼ ਰੱਖੇ, ਆਬਾਦ ਰੱਖੇ। ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁਮੈਰਾ ਅਲੀ ਵਲੌਗਸ, ਇਹਨੂੰ ਕਰ ਲਿਓ ਤਾਂ ਕਿ ਹਰ ਵੀਡੀਓ ਪਰ ਵਕਤ ਤੁਹਾਨੂੰ ਮਿਲ ਸਕੇ। ਸ਼ੁਕਰ ਅੱਲਾਹ ਦਾ, ਅੱਜ ਜਿਹੜਾ ਮੈਂ ਵਲੌਗ ਬਣਾਇਆ ਅਲੀ ਨੇ ਆਪਣੇ ਚੈਨਲ 'ਤੇ ਨਹੀਂ ਪਾਇਆ, ਅਤੇ ਜਿੱਦਾਂ ਦੀਆਂ ਮੇਰੀਆਂ ਭੈਣਾਂ ਨੇ ਟਕੋਰ ਕੀਤੀ ਹੈ ਨਾ ਅਲੀ ਦੀ, ਵਾਹਵਾ ਉਦੋਂ ਦੀ ਆਪਣਾ ਮੈਨੂੰ ਟਕੋਰ ਸ਼ਕੋਰ ਕੁਛ ਨਹੀਂ ਆਉਂਦੀ, ਮੇਰੇ ਕੋਲ ਅੱਜ ਆਪਣਾ ਸੀ ਔਖੇ ਭਾਰੇ ਵੇਲੇ ਪਾਨਾ ਹੁੰਦਾ। ਇਹਦਾ ਮਤਲਬ ਮੈਂ ਜਮਾਂ ਨਾ ਕਰਿਆ ਕਰਾਂ, ਮੰਮੀ ਜਦੋਂ ਔਖਾ ਭਾਰਾ ਵੇਲਾ ਹੋਵੇ ਤੇ ਵਿੱਚੋਂ ਅਲੀ ਵੀਰ ਕੱਟ ਕੇ ਤੇ ਹੁਮੈਰਾ ਵਾਲੀ ਵਲੌਗ 'ਤੇ ਪਾ ਦਿਆ ਕਰਾਂ, ਹੈਨਾ? ਤੇਰੇ ਹੱਥ ਵਾਸ ਕੋਈ ਨਹੀਂ ਨਾ ਸਾਹਿਬ, ਛੋੜੀਏ। ਨਹੀਂ ਜੀ, ਮੈਨੂੰ ਵੀ ਐਡਿਟ ਕਰਨੀ ਆਉਂਦੀ, ਐਡਿਟ ਵੀ ਗੱਲ ਨਹੀਂ, ਐਡਿਟ ਕਰਨੀ ਆਉਂਦੀ ਪਰ ਚੈਨਲ ਨਹੀਂ ਨਾ ਸਾਹਿਬ ਤੇਰੇ ਮੋਬਾਈਲ 'ਚ। ਚੈਨਲ ਮੋਬਾਈਲ ਵਾਲੀ ਕਿਹੜੀ ਗੱਲ ਹੋਈ, ਤਾਂ ਮੇਰਾ ਵੀ ਮੋਬਾਈਲ ਹੋ ਕੇ ਇਹਦਾ ਤੇਰੇ ਕੋਲ ਨਹੀਂ ਨਾ ਹੁੰਦਾ। ਲਸਣ ਛਿਲਿਆ ਪਿਆ ਅੰਦਰ ਜੀ, ਮੈਂ ਬਣਾਉਣ ਲੱਗੀ ਹਾਂ ਅੱਜ ਚਿਕਨ ਦੀ ਕੜਾਈ। ਮੌਸਮ ਵੀ ਅਜੇ ਅਜੀਬ ਜਿਹਾ ਬਣਿਆ ਹੋਇਆ, ਟਮਾਟਰ, ਗੰਡੇ, ਲਸਣ, ਅਦਰਕ, ਠੰਡੀ ਠੰਡੀ ਵਾਹ, ਇਸ ਵੇਲੇ ਤਿਆਰ ਇੱਥੇ ਬਹਿਣ ਨਹੀਂ ਹੁੰਦਾ। ਫੋਨ ਕਰੋ ਤਾਂ ਗੋਸ਼ਤ ਬਣਾ ਦੇਣ, ਭਾਈ ਅਸਮ ਨੇ ਜਾਣਾ ਦੁਕਾਨ ਤੇ, ਭਾਈ ਅਸਮ ਨੂੰ ਫੋਨ ਕੀਤਾ, ਮੈਂ ਕਿਹਾ ਗੋਸ਼ਤ ਲਿਆ ਦਿਓ। ਭਾਜੀ ਨੇ ਕੋਈ ਸੌਦਾ ਸਪਟਾ ਲੈਣ ਜਾਣਾ ਹੋਣਾ ਆਪਣਾ, ਸਾਰੇ ਗੰਡੇ ਕੱਟ ਲੈਣ ਤੇ ਧੋ ਵੀ ਲਿਆਂਦੇ ਸੋ, ਤੇ ਧੋ ਕੇ ਘੱਟੀ ਦੇ ਗੰਡੇ। ਤੇ ਮੈਰਾ ਵੀ ਤੈਨੂੰ ਇੱਕ ਗੱਲ ਦੱਸਾਂ, ਗਲੀ ਮਿਰਚ ਤੇ ਨਾਲ ਇਹ ਐਵੇ ਹੈ ਸੈਂਡਵਿਚ ਬਣਾ ਕੇ ਖਾ ਲਓ, ਐਂਜ ਹਕੀਮ ਆਉਂਦੇ ਨੇ ਵੀ ਜਿਨ੍ਹਾਂ ਨੂੰ ਪੱਠਿਆਂ ਦਾ ਅਤੇ ਦਿਮਾਗ ਦਾ ਮਸਲਾ ਹੋਵੇ ਨਾ, ਉਹ ਇੰਜ ਕਰਕੇ ਖਾਣ ਤੇ ਉਹਨਾਂ ਦੀ ਸਾਰਾ ਦਿਮਾਗ ਦਾ ਅਤੇ ਪੱਠਿਆਂ ਦਾ ਮਸਲਾ ਟਣਾ ਟਣ ਹੋ ਜਾਂਦਾ। ਤੇ ਜਿਹੜੀ ਜ਼ਬਾਨ ਛੋਟੀ ਹੋਵੇ, ਗੱਲਾਂ ਇੰਨੀਆਂ ਨਾ ਆਉਂਦੀਆਂ ਹੋਣ, ਉਹ ਕੀ ਖਾਵੇ? ਕਿਹਦੀ ਜ਼ਬਾਨ ਛੋਟੀ? ਤੇ ਮੇਰੀ ਜ਼ਬਾਨ ਛੋਟੀ ਹੈ ਨਾ, ਮੈਨੂੰ ਗੱਲਾਂ ਕਿੱਥੋਂ ਆਉਂਦੀਆਂ ਨੇ? ਤੇ ਤਾਂ ਹੀ ਤੇ ਕਿਹਾ ਤੁਸੀਂ ਵੀ ਖਾਓ, ਮੈਂ ਕਹਿੰਦੀ ਮੇਰੀ ਅਲੀ ਜ਼ਬਾਨ ਵੱਡੀ ਹੋਵੇ। ਇਹਨੇ ਮੇਰੀ ਜਿੰਨੀ ਕੋਈ ਆਈ ਨਹੀਂ, ਮੇਰੀ ਨਾ ਅਸ ਤੱਕ ਫਿਲਾ ਇੰਨੀ ਕੁ ਤੇਰੇ ਕੋਲ ਸਾਂਭ ਹੀ ਨਹੀਂ ਜਾਂਦੀ, ਤੇ ਗੇਟ ਲਾ ਵੱਧ ਗਈ ਤੇ ਫਿਰ ਤੇਰਾ ਕੀ ਬਣਨਾ? ਮੈਂ ਸੰਭਾਲ ਆਪੇ ਲਊਂਗੀ, ਤੁਹਾਡੀ ਗੱਲ ਮੈਨੂੰ ਕਿਸੇ ਕੋਈ ਬੁਰੀ ਲੱਗਦੀ ਨਹੀਂ। ਤੇ ਨਹੀਂ, ਮੇਰਾ ਸੰਗਾਲ ਸੁੱਟਣ ਵਾਲੀ ਨਹੀਂ, ਮੈਂ ਵੀ ਹਕੀਮਾਂ ਕੋਲ ਸੁਣਿਆ ਤੇਰੇ ਵਰਗੀ ਤੇਰੇ ਵਰਗੀ ਤੇਰੇ ਤੇਰੇ ਵਰਗੀ ਤੇਰੇ ਵਰਗੀ ਹਕੀਮਾਂ ਕੋਲ ਤੇਰੇ ਵਰਗਾ ਕੋਈ ਹਕੀਮ ਬਣਿਆ ਜਿਹਦੇ ਕੋਲ ਸੁਣਿਆ? ਅੱਛਾ ਜੀ, ਇਹਨਾਂ ਦੀਆਂ ਤਾਂ ਬਸ ਗੱਲਾਂ ਜਿਹੜੀਆਂ ਨਾ ਗੱਲਾਂ ਕਰਨੇ ਜੋ ਗਈ ਆ, ਬੜੀ ਗੱਲ ਕੀਤੀ ਆ, ਲਸਣ ਛਿਲਿਆ ਪਿਆ ਜਿੰਦੇ ਗੋਸ਼ਤ ਆਉਂਦਾ ਵਾ, ਇਹਨੂੰ ਮੈਂ ਉੱਪਰ ਰੱਖਦੀ ਹਾਂ, ਇਹ ਥੋੜ੍ਹਾ ਜਿਹਾ ਇਹਨੂੰ ਉਬਾਲਾ ਆ ਜਾ। ਤੇ ਪੈਨ ਤੇ ਖਿਚਾਲ ਆ, ਪੈਨ ਇਹ ਤਿੰਨ ਭਾਂਡੇ ਮੈਂ ਤੇਰੇ ਕਿਸ ਦਿਨ ਬਦਲ ਹੀ ਦੇਣੇ ਨੇ। ਕੱਲ ਵੀ ਇੱਕ ਭੈਣ ਦਾ ਕਮੈਂਟ ਸੀ, ਭਾਬੀ ਐਡਾ ਵਧੀਆ ਕਿਚਨ ਦੇ ਭਾਂਡੇ ਆਪਣੇ ਵੇਖ ਸੁਣਾ। ਤੇ ਇਹ ਇੱਕ ਭੈਣ ਦਾ ਕਮੈਂਟ ਸੀ, ਭਾਬੀ ਇਹ ਜਿਹੜਾ ਤੂੰ ਜਾਰ ਰੱਖਿਆ ਚਾਰ ਵਾਲਾ ਥੱਲੇ, ਤੇਰੀ ਸਲੇਬ ਖਰਾਬ ਹੋ ਜਾਣੀ, ਤੇ ਇਹ ਜੀ ਅੱਜ ਮੈਂ ਫਜਰ ਦੀ ਨਮਾਜ਼ ਤੋਂ ਬਾਅਦ ਪਹਿਲਾਂ ਪਲੇਟ ਥੱਲੇ ਰੱਖੀ ਹੈ। ਇਹਦੇ ਥੱਲੇ ਪਾ ਤੌਲੀਆ, ਹਾਂ ਇਸ ਲੇਪ ਦਾ ਸਿਆਪਾ ਬਣਿਆ ਨਾ, ਤੇ ਅੱਗੇ ਤਿੜਕੀ ਉਦੋਂ ਕੰਮ ਕਰਦਿਆਂ ਕਾਰੀਗਰਾਂ ਨੇ ਜਿਹੜਾ ਉਹ ਪਾਈ ਕਰਨ ਕੀ ਲਗੀ, ਇਹਨਾਂ ਨੂੰ ਉਬਾਲਣਾ ਥੋੜ੍ਹਾ ਜਿਹਾ, ਜਿਹਦੇ ਕੁਛ ਨਹੀਂ ਨਾ ਆਉਂਦਾ ਉਬਲ ਜਾਣਾ, ਫਿਰ ਉਹਨਿਆਂ ਦੀ ਕਰੇ ਜਿਹੜਾ ਨਾ, ਤੂੰ ਕਹਿ ਲੈਣੀ ਕੋਲ ਕਰਨਾ ਨਹੀਂ ਨਾ, ਦੋ ਰੋਟੀਆਂ ਵੀ ਨਾ ਆਪ ਪਕਾ ਲੈਣੀਆਂ, ਆਪਾਂ ਚਾਰ ਰੋਟੀਆਂ ਪਾਉਣੀਆਂ, ਅਤੇ ਇੱਥੇ ਆ ਰੱਖਣਾ ਲੇਕਿਨ ਉਹ ਤੋਂ ਪਹਿਲਾਂ ਪਾਊਡਰ ਮਸਾਲੇ ਕੱਟ ਕੇ ਸਾਫੇ 'ਚ ਰੱਖ ਲਓ। ਇਹ ਸਾਡਾ ਆਲ ਰਾਊਂਡਰ ਭਾਂਡਾ, ਇੱਕ ਟੁੱਟ ਗਿਆ ਤੇ ਇੱਕ ਤਰੋੜਿਆ ਵੀ ਤਾਂ ਤੂੰ ਹੀ ਹੈ, ਉਹ ਜਿਹੜਾ ਸ਼ੀਸ਼ੇ ਦਾ ਵੀ ਮੇਰੇ ਕੋਈ ਠੋਕਰ ਲੱਗੀ ਆ। ਹਾਂ ਉਹ ਕਿਵੇਂ, ਤੁਸੀਂ ਮੈਨੂੰ ਕਹਿੰਦੇ ਕਿ ਸਟੇਪ ਦਾ ਆ ਜਾਓ, ਤੂੰ ਕਰੋ ਦੇਖ ਕੇ ਆ ਕਿ ਮੇਰੇ ਕੋਲ ਜੋਰ ਕੇ ਲੱਗਦਾ ਕੁਛ ਤੇ ਲੈ ਤੇ ਜੋੜ ਨਹੀਂ ਬੋਲਣਾ ਕਦੋਂ ਉਦੋਂ ਦੱਸਿਆ ਕਰ ਨਾ ਫੋਰਨ ਫੋਰਨ, ਹਾਂ ਤੇ ਤੇਰੀ ਸੇਵਾ ਵੀ ਹੋਵੇ।
ਮੈਂ ਇਹਦੇ ਭਾਂਡਾ ਗਿੱਲਾ ਦੁਕਾਨ ਤੋਂ ਟੁੱਟਾ ਆਇਆ ਨਾ ਟੁੱਟਾ ਨੀ ਆਇਆ ਕਿਉਂ ਮੈਂ ਕਿਸੇ ਨੂੰ ਬਦਨਾਮੀ ਦੇ ਮੈਂ ਇੱਦਾਂ ਮੈਂ ਚੱਕਿਆ ਅਡੋਲ ਇੱਥੇ ਰੱਖਿਆ ਉੱਠ ਲੱਗਿਆ ਮੈਂ ਉਹ ਇੱਕ ਪੰਜਾਬੀ ਦੀ ਮਿਸਾਲ ਹੈ ਬੜੀ ਸੋਹਣੀ ਤੇਰੇ ਤੇ ਲੱਗਦੀ ਪਰ ਮੈਂ ਹੁਣ ਤੈਨੂੰ ਕੈਮਰੇ ਵਿੱਚ ਕੀ ਆਖਾਂ ਤੁਸੀਂ ਮੈਨੂੰ ਕਹੋ ਤੇ ਮੈਂ ਤੁਹਾਡੇ ਤੇ ਹਲਦੀ ਪਾ ਦਿੰਦੀ ਇੱਥਾਂ ਪਵਣੀਆਂ ਛੋੜ ਦੇ ਨਾ ਮੇਰੇ ਤਾਂ ਮੁੱਕ ਜਾਂਦੀ ਨਹੀਂ ਦੇ ਤੁਸੀਂ ਕੁਝ ਕਰਦੇ ਮੈਂ ਮਿੱਠਾ ਵੀ ਖਾ ਸਕਦੀ ਹਾਂ ਅਗਰ ਤੁਸੀਂ ਤੇਰੀ ਕੁਝ ਕਰਦੇ ਅੱਜ ਜੇ ਅੱਜ ਬਣਾਉਣ ਲੱਗੀ ਨਾ ਮੈਂ ਦੇਸੀ ਅੰਦਾਜ਼ ਨਾ ਚਿੱਟੇ ਬੱਕਰੇ ਦੀ ਕੜਾਈ ਕੜਾਈ ਵੀ ਨਹੀਂ ਬਣਦੀ ਸਾਲਣ ਆਖ ਉਹ ਕੜਾਈ ਆ ਸਾਡੀ ਮੈਂ ਦੇਸੀ ਕਿਹਾ ਬਲੈਦੀ ਕਿਹਾ ਤੂੰ ਥੱਲੇ ਰੱਖ ਦੇ ਹਾਂ ਮਾੜਾ ਜਿਹਾ ਹੱਥ ਲੱਗਾ ਤੇ ਫਿਰ ਡਿੱਗ ਪੈਣ ਤੇ ਫਿਰ ਵਾਧਾ ਹੋ ਜਾਣਾ ਤੇ ਤੂੰ ਇੱਥੇ ਰੱਖ ਦੇ ਵਾਧਾ ਨਹੀਂ ਹੁੰਦਾ ਮੈਨੂੰ ਪਾਣੀ ਨੰਗਾ ਨਹੀਂ ਚੰਗਾ ਲੱਗਦਾ ਮੈਂ ਕਿਹਦੇ ਪਾਣੀ ਨੰਗਾ ਰੱਖਿਆ ਥੋੜਾ ਜਿਹਾ ਤਾਂ ਅਲੀ ਹੁਣ ਅੱਗੇ ਵੀ ਖਾਦਾ ਵੀਪੀ ਅੱਗੇ ਵੀ ਤੁਹਾਡਾ ਹਾਈ ਹੁੰਦਾ ਹਾਏ ਹਾਏ ਗਰਮ ਦਵਾਈ ਖਾਣੀ ਹੈ ਇਹਨਾਂ ਨਾਲ ਹੀ ਹਾਈ ਹੁੰਦਾ ਹੁਣ ਇਹ ਸਾਲਨ ਚ ਪੈ ਜਾਣਾ ਤੁਸੀਂ ਖਾਣਾ ਅਦਕਰ ਖਾਣਾ ਤੁਸੀਂ ਅਦਕਰ ਅਦਰਕ ਆਖੀ ਦਾ ਅੱਜ ਕੱਲ ਇਹ ਤਾਂ ਮੈਂ ਬੱਚੇ ਨੂੰ ਹੀ ਬਾ ਕਰਦੀ ਨਾ ਸੁਣਾ ਅਦਕਰ ਕਹਿਣਾ ਨਹੀਂ ਹੁੰਦਾ ਨਹੀਂ ਟੇਸਟ ਤਿਆਰ ਲੈ ਥਲਿਓ ਅੱਗ ਬਾਲੀ ਇੱਕ ਵਾਰੀ ਸਾਰੀਆਂ ਚੀਜ਼ਾਂ ਤੋਂ ਦੇਣੀਆਂ ਜੀ ਹਾਂ ਮੈਂ ਤਾਂ ਤੇਰੀ ਕੁਕਿੰਗ ਬੋਰਿੰਗ ਹੋ ਗਈ ਬੋਰਿੰਗ ਨਹੀਂ ਹੋ ਗਈ ਤੁਸੀਂ ਨਾ ਉਂਗਲੀਆਂ ਚੱਟੋ ਤਾਂ ਫਿਰ ਕੇ ਉਦੋਂ ਚੱਟੀਆਂ ਸੀ ਨਾ ਜਦੋਂ ਮੈਂ ਕੁੱਕੜ ਬਣਾਇਆ ਸੀ ਫਰਾਉਣੀ ਵੀ ਕਹਿਣਾ ਮੈਰਾ ਤੂੰ ਕਿੱਦਾਂ ਕੁਕਿੰਗ ਵਾਲੀਆਂ ਵੀਡੀਓ ਤੇਰੀਆਂ ਬੋਰਿੰਗ ਹੋ ਗਈਆਂ ਨੇ ਭੈਣ ਭਾਈਓ ਮੈਨੂੰ ਵੀ ਲੱਗਦਾ ਹੈ ਖਾਣਾ ਛੱਡ ਦੋ ਕੱਚੇ ਚੁੱਲ੍ਹੇ ਤੇ ਬਣਾਇਆ ਕਰ ਖਾਣਾ ਇੱਥੇ ਬੋਰਿੰਗ ਹੋ ਗਈਆਂ ਕੱਚੇ ਚੁੱਲ੍ਹੇ ਤੇ ਬਣਾਇਆ ਕਰ ਕੋਈ ਸੈਟਅਪ ਬਣਾਈਏ ਕੱਚਾ ਕੋਈ ਹਿਸਾਬ ਕਿਤਾਬ ਲਾਈਏ ਕਿਤੇ ਜਿੱਦਾਂ ਅੰਮੀ ਜਾਲ ਕਹਿੰਦੀ ਅਗਲੀ ਕੋਠੀ ਦੇ ਸਾਈਡ ਤੇ ਨਾ ਪਰਲੀ ਸਾਈਡ ਤੇ ਮੈਨੂੰ ਕਰ ਦੇ ਅੱਗ ਵਾਲਾ ਕੀ ਕਰਨ ਦਾ ਦੇ ਤੁਸੀਂ ਵੀ ਕੋਠੀ ਪਾ ਕੇ ਅੱਗ ਵਾਲਾ ਬਣਾਉਣਾ ਕੀ ਪਾ ਕੇ ਤਾਂ ਕੋਠੀ ਪਾ ਕੇ ਲਿਆ ਅੱਗ ਪਾ ਤੇ ਆ ਪਾ ਤਾਂ ਕੋਠੀ ਨੂੰ ਕਰ ਲਿਆ ਤੇ ਮਾਮਾ ਦੇ ਥੋੜੀ ਜੀ ਕਸੂਰੀ ਮੇਥੀ ਜੇ ਨਾ ਸਾਡਾ ਸਾਲਣ ਬਣਨਾ ਮਜ਼ੇਦਾਰ ਐ ਪੱਤੇ ਪੱਤੇ ਆ ਹੋਰ ਕੇ ਐਵੇਂ ਐਵੇਂ ਪਾ ਦਾਂਗੇ ਠੀਕ ਹੋ ਗਿਆ ਕਸੂਰੀ ਮੇਥੀ ਪਾਤੀ ਆ ਨਾਲ ਅਸੀਂ ਪਾ ਦਾਂਗੇ ਆਇਲ ਬਿਸਮਿਲ੍ਲਾਹਿਰ ਰਹਿਮਾਨ ਬਸ 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 ਮਿਕਸ ਕਰਦੇ ਆ ਤੇ 2 ਮਿੰਟ ਵਾਸਤੇ ਭੁੰਨਦੇ ਆ ਉਹਦੇ ਤੇ ਟੱਕਣ ਖਿਆਲ ਨਾਲ ਉਹਦੇ ਨਜ਼ਰ ਉਧਰ ਕਰਕੇ ਦੇ ਟੱਕਣ ਕੁਆਸ ਆਈ ਟੱਕਣ ਵਾਲੀ ਵੀ ਕੁਆਸ ਹੈ ਬਾਟਰ ਮਸਾਲੇ ਪਾ ਕੇ ਭੁੰਨਿਆ ਤੇ ਕੋਈ 2 ਕਿਲੋ ਗੈਸ ਤੇ ਤੇਲ ਚਾ ਦਿੱਤਾ ਤਨੀ ਕੇ ਦਫਾ 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 ਤੋੜਿਆ ਵਾ ਲੈਗ ਵੀ ਸਮਾਂ ਜੀ ਲੈ ਲਈ ਟੱਕ ਲਗਾ ਲਿਆ ਵਾ ਬਾਕੀ ਬੋਟੀਆਂ ਮੈਂ ਤੇ ਬਾਜੀ ਤੇ ਅਲੀ ਖਾਵਾਂਗੇ ਮੈਂ ਕਿਥੋਂ ਬ੍ਰੈਡ ਲੈ ਖਾਣਾ ਚਲੋ ਤੁਹਾਡੇ ਘੰਟੇ ਮਿਕਸ ਕਰਦੇ ਆ 20 ਤੋਂ 25 ਮਿੰਟ ਵਾਸਤੇ ਭੁੰਨਣਾ ਪਤਾ ਨਹੀਂ ਬਾਜੀ ਬੰਦ ਹੋ ਗਿਆ ਸੀ ਹਾਂਜੀ ਸਰਵਿਸ ਦੀ ਵਜ੍ਹਾ ਤੋਂ ਜ਼ਿਆਦਾ ਕੰਮ ਖਰਾਬ ਹੁੰਦਾ ਹੈ ਬਾਜੀ ਦੀ ਕਾਲ ਆ ਗੱਪਸ਼ਪ ਕਰ ਰਹੇ ਤੇ ਬਾਹਰ ਨਾ ਮੌਸਮ ਸਹੀ ਨਹੀਂ ਹੈਗਾ ਤੇ ਮੈਂ ਇੱਥੇ ਘੋਟੇ ਇੱਕ ਪਾਣੀ ਪਾ ਕੇ ਨਾ ਤੇ
ਉੱਤੇ ਕਵਰ ਕਰ ਦੇਣਾ ਇੰਨਾ ਕੁ ਬਸ ਪਾ ਕੇ ਨਾ। ਇੱਥੇ ਹੁਣ ਮੈਂ ਦਿੰਦੀ ਘੁੱਟ ਕੇ ਢੱਕਣ, ਸਾਲਣ ਸਾਡਾ ਤਿਆਰ। ਫਿਰ ਵਿੱਚ ਧਨੀਆ ਪਾਉਣੀ ਹੈ, ਬਸ ਕਵਰ ਕਰਦਾ ਉੱਤੇ 2 ਮਿੰਟ ਵਾਸਤੇ। 4 ਮਿੰਟ ਵਾਸਤੇ ਕਵਰ ਕੀਤਾ। ਇੱਥੇ ਹੁਣ ਆਪਾਂ ਪਾਉਂਦੇ ਹਾਂ ਗਰਮ ਮਸਾਲਾ। ਠੀਕ ਹੋ ਗਿਆ ਨਾ, ਬਾਹਰ ਫੁੱਲ ਨੇਰੀ ਆ, ਤੂਫਾਨੀ ਆ, ਬਹੁਤ ਮੌਸਮ ਖਰਾਬ ਆ। ਗਰਮ ਮਸਾਲਾ ਹੋ ਗਿਆ ਅਤੇ ਧਨੀਆ ਵੀ ਗ੍ਰੈਂਡ ਕਰਨਾ ਪੈਣਾ ਵਾ ਅਤੇ ਜ਼ੀਰਾ ਵੀ। ਇੱਥੇ ਹੁਣ ਅਸੀਂ ਪਾ ਦਾਂਗੇ ਹਰਾ ਧਨੀਆ। ਸਾਡਾ ਜੀ ਆ ਗਿਆ ਨਾਲ ਪਰਾਉਣਾ, ਨਾ ਸਾਨੂੰ ਪਰਾਉਣੇ ਨੇ ਦੱਸਿਆ ਨਾ ਪੁੱਛਿਆ, ਅਤੇ ਹੁਣ ਮੈਨੂੰ ਪਕਾਉਣੀਆਂ ਪੈਣੀਆਂ ਰੋਟੀਆਂ ਹੋਰ। ਲੈ ਜੀ, ਮਾਸ਼ਾਅੱਲਾ ਮਾਸ਼ਾਅੱਲਾ। ਪਰਾਉਣਾ ਸਾਡਾ ਆਇਆ ਜੀ ਬਾਈ ਫਿਆਜ਼, ਮੈਨੂੰ ਦੱਸ ਕੇ ਤੁਰਦਾ। ਫਿਰ ਹੁਣ ਮੈਨੂੰ ਆਟਾ ਵੀ ਹੋਰ ਗੁੰਨਣਾ ਪੈਣਾ ਵਾ, ਅਤੇ ਆਟਾ ਜਿਹੜਾ ਸੀ ਮੈਂ ਪਕਾ ਲਿਆ, ਅਤੇ ਰੋਟੀਆਂ ਵੀ 2 ਲਾਉਣੀਆਂ ਪੈਣੀਆਂ। 4 ਰੋਟੀਆਂ ਮੈਂ ਪਕਾਈਆਂ, 2 ਓਲੀ ਦੀਆਂ, 2 ਆਪਣੀਆਂ। 2 ਮਿੰਟ ਵਾਸਤੇ ਕਵਰ ਕਰਦਾ। ਹਾਂਡੀ ਸਾਡੀ ਤਿਆਰ, ਹਾਂਡੀ ਸਾਡੀ ਤਿਆਰ ਹੋ ਗਈ ਆ। ਹੁਣ ਮੈਂ ਲੱਗੀ ਹਾਂ ਚੁੱਲ੍ਹਾ ਬੰਦ ਕਰਨ। ਮਾਸ਼ਾਅੱਲਾ ਜੀ, ਚਿਕਨ ਸਾਡਾ ਤਿਆਰ, ਹਰ ਦਰਵਾਜ਼ਾ ਬੰਦ, ਸਭ ਕੁਛ ਬੰਦ। ਉਹਦੀ ਵਜ੍ਹਾ ਮੈਂ ਤੁਹਾਨੂੰ ਦਿਖਾਉਂਦੀ ਹਾਂ। ਇਹ ਜੀ ਸਾਡਾ ਪ੍ਰਾਹੁਣਾ ਨਾ, ਇਹਨੇ ਸਾਨੂੰ ਦੱਸਿਆ ਨਾ ਪੁੱਛਿਆ, ਹੁਣ ਮੈਨੂੰ ਆਟਾ ਗੁੰਨ ਕੇ ਲਈ ਰੋਟੀ ਪਕਾਉਣੀ ਪੈਣੀ ਆ, ਅਤੇ ਹੁਣ ਮੈਂ ਆਪਣੇ ਵਾਲੀ ਇੰਨੀ ਦਊਂਗੀ, ਅਤੇ ਇਹਦੇ ਵਾਸਤੇ ਹੁਣ ਮੈਂ ਪਕਾ ਕੇ ਖਾਊਂਗੀ। ਅਤੇ ਇਹ ਦੇਖੋ ਜੀ, ਬਾਹਰ ਫੁੱਲ ਤਪਾੜੇ ਦੀ ਹਨੇਰੀ ਹੈ। ਆਈਫੋਨ ਅੱਜ ਹਨੇਰੀ ਕਿਉਂ ਦਿਖਾਉਣ ਡਿਆ? ਹਨੇਰੀ